ਅੰਮ੍ਰਿਤਸਰ ਦੇ ਵਿੱਚ SHO ਵੇਰਕਾ ਦੇ ਉੱਤੇ ਪਿੰਡ ਮੁੱਦਲ ਦੇ ਵਿੱਚ ਸ਼ਰਾਬੀ ਨੌਜਵਾਨਾਂ ਨੇ ਕੀਤਾ ਹਮਲਾ, 23 ਧਾਰ ਹਥਿਆਰ ਦੇ ਨਾਲ ਸਿਰ ਦੇ ਉੱਤੇ ਕੀਤਾ ਵਾਰ। ਪਿੰਡ ਮੁੱਦਲ ਦੇ ਵਿੱਚ ਸ਼ਰਾਬ ਦੀ ਦੁਕਾਨ ਦੇ ਬਾਹਰ ਨਸ਼ੇ ਦੇ ਵਿੱਚ ਝਗੜਾ ਕਰ ਰਹੇ ਨੌਜਵਾਨਾਂ ਨੂੰ ਜਦੋਂ SHO ਵੇਰਕਾ ਨੇ ਰੋਕਿਆ ਤਾਂ ਸ਼ਰਾਬੀ ਨੌਜਵਾਨਾਂ ਨੇ SHO ਦੇ ਉੱਤੇ ਹੀ ਹਮਲਾ ਕਰ ਦਿੱਤਾ। ਤਸਵੀਰਾਂ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਦੀਆਂ ਨੇ, ਜਿੱਥੇ SHO ਦਾ ਹਾਲ ਜਾਣਨ ਦੇ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ਨੇ। ਇਸ ਪੂਰੇ ਮਾਮਲੇ ਦੇ ਵਿੱਚ ਮੁੱਖ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਰਾਤੀ ਤੇ ਪਤਾ ਲੱਗਾ ਜੀ, ਰਾਤੀ 9 ਤੋਂ ਬਾਅਦ ਝਗੜਾ ਆਇਆ ਜੀ। ਮੈਡਮ ਬਾਈਪਾਸ ਦੇ ਨਾਕੇ 'ਤੇ ਜਾ ਰਹੇ ਸੀ ਅਤੇ ਮੈਡਮ ਉੱਤੇ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ ਆ ਅਤੇ ਮੈਡਮ ਦੇ ਗਲ ਪੈ ਗਏ ਆ, ਉਹਨੇ ਨੰਗੀਆਂ ਤਲਵਾਰਾਂ, ਉਹਨਾਂ ਕੋਲ ਦਾਤਰ ਸੀ, ਉਹਨਾਂ ਸ਼ਹਿਰਾਂ ਰਾਤੀ ਇੱਥੇ ਗੁੰਡਾਗਰਦੀ ਕੀਤੀ, ਨਾਚ ਕੀਤਾ ਵਾ, ਠੇਕੇ ਤੋਂ ਸ਼ਰਾਬ ਪੀ ਗਏ, ਬਾਹਰ ਆ ਕੇ ਝਗੜਾ ਕਰਨ ਡੇ ਪਿਆ ਅਤੇ ਉਹਨਾਂ ਸੜਕ ਜਾਮ ਕੀਤੀ ਸੀ ਅਤੇ ਉਹਦੇ ਕਾਰਨ ਜਿਹੜਾ ਮੈਡਮ ਨੂੰ ਰਾਤੀ ਬਹੁਤ ਜ਼ਿਆਦਾ ਸੱਟ ਲੱਗੀ ਆ। ਮੈਡਮ ਦੇ ਕਿਰਪਾਨਾਂ ਦੇ ਰਾਤੀ 10 ਵਜੇ ਆ, ਮੈਡਮ ਦਾ ਮੁੰਡਾ ਅਮਰਵੀਰ ਆ, ਨਾਲ ਉਹਨੂੰ ਬਹੁਤ ਜ਼ਿਆਦਾ ਸੱਟ ਲੱਗੀ ਆ ਜੀ। ਕੱਲ੍ਹ ਰਾਤ ਜਿਹੜੀ ਜੁਰਿਸਡਿਕਸ਼ਨ ਹੈਗੀ ਪੁਲਿਸ ਸਟੇਸ਼ਨ ਵੇਰਕਾ 'ਚ ਇੱਕ ਇੰਸੀਡੈਂਟ ਹੋਇਆ ਜਿਸ ਦੇ ਵਿੱਚ ਮੁੱਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ 'ਚ ਲੜਾਈ ਕਰ ਰਹੀਆਂ ਸਨ, ਜਿੱਥੇ ਇਨਫੋਰਮੇਸ਼ਨ ਮਿਲਣ 'ਤੇ ਜਿਹੜੇ SHO ਵੇਰਕਾ ਉਹ ਸਾਡੇ ਲੇਡੀ ਆਫਿਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ। ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਛ ਸ਼ਰਾਰਤੀ ਬੰਦਿਆਂ ਨੇ SHO 'ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਡ ਕੀਤਾ, ਜਿਸ 'ਤੇ ਉਹਨਾਂ ਨੂੰ ਫਿਲਹਾਲ ਉੱਥੇ ਹੋਸਪਿਟਲ ਐਡਮਿਟ ਕਰਾਇਆ ਗਿਆ ਔਰ ਉਹਦੇ ਵਿੱਚ FIR ਨੰਬਰ 55, 109, 121, 351, 132, 221, 191 BNS ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ, ਜੋ ਕਿ ਆਰਮੀ ਦਾ ਪ੍ਰੈਜੈਂਟਲੀ ਸਰਵਿੰਗ ਕਰਮਚਾਰੀ ਹੈ, ਉਹਨੂੰ ਸਾਡੀ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋ ਅਕਿਊਜ਼ਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ। ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਅਮਨਜੋਤ ਨੂੰ ਇਹ ਵਿਸ਼ਵਾਸ ਦਿਵਾਉਣ ਆਇਆ ਸੀਗਾ ਕਿ ਸਰਕਾਰ ਉਹਨਾਂ ਦੇ ਨਾਲ ਹੈ, ਸਾਡੀ ਪੰਜਾਬ ਪੁਲਿਸ ਬਹਾਦਰੀ ਦੇ ਨਾਲ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ। ਸਾਡੇ ਕਿਸੇ ਮੁਲਾਜ਼ਮ 'ਤੇ, ਖਾਸ ਤੌਰ 'ਤੇ ਸਾਡੀ ਜਿਹੜੀ ਧੀ ਪੁਲਿਸ ਦੇ ਜੋਬ ਕਰਦੀ ਹੈ, ਜੇ ਉਹਦੇ ਨਾਲ ਕੋਈ ਉਹਨੂੰ ਆ ਚਾਹੁੰਦੀ ਹੈ ਅਤੇ ਅਸੀਂ ਉਹਦੇ ਨਾਲ ਚਟਾਨ ਦੀ ਤਰ੍ਹਾਂ ਜਿਹੜੇ ਖੜ੍ਹੇ ਹਾਂ ਔਰ ਮੈਂ ਉਹਦਾ ਸਨਮਾਨ ਵੀ ਕਰਕੇ ਆਇਆ ਸਾਲ ਦੇ ਨਾਲ ਔਰ ਪ੍ਰਸ਼ੰਸਾ ਪੱਤਰ ਦੇ ਕੇ ਆਇਆ ਔਰ CP ਸਾਹਿਬ ਨੂੰ ਕਿਹਾ ਕਿ ਇਹਨਾਂ ਦਾ ਬਹਾਦਰੀ ਦਾ ਜਿਹੜਾ ਇਨਾਮ ਹੈ, ਬਹਾਦਰੀ ਦਾ ਪੁਰਸਕਾਰ ਜਿਹੜਾ ਉਹ ਵੀ ਜਿਹੜਾ ਉਹ ਪੰਜਾਬ ਸਰਕਾਰ ਤੋਂ ਦਿੱਤਾ ਜਾਵੇ।